ਇਕ ਤਾਂ ਮਹਿੰਗਾਈ ਦੀ ਮਾਰ ਯਾਨੀ ਕੀਮਤਾਂ ਸਮਾਨ ਨੂੰ ਛੂਰੀਆਂ ਨੇ ਤੇ ਦੂਜੇ ਪਾਸੇ ਇਹਨਾਂ ਦਿਨਾਂ ਦੇ ਵਿੱਚ ਚੋਰਾਂ ਦੇ ਹੌਸਲੇ ਵੀ ਕਾਫੀ ਬੁਲੰਦ ਹੋ ਰਹੇ ਨੇ ਹਿਓਸਟਨ ਦੇ ਇੱਕ ਗੈਸ ਸਟੇਸ਼ਨ ਦੇ ਉੱਤੇ ਚੋਰਾਂ ਨੇ ਬੜੇ ਹੀ ਤਰੀਕੇ ਦੇ ਨਾਲ ਜਿਹੜਾ ਉਹ ਗੈਸ ਸਟੇਸ਼ਨ ਤੇ ਗੈਸ ਚੋਰੀ ਕੀਤੀ ਬੜੇ ਤਰੀਕੇ ਦੇ ਨਾਲ ਉਹ ਆਪਣੀ ਗੱਡੀ ਲੈ ਕੇ ਆਉਂਦੇ ਸੀਗੇ ਔਰ ਲਗਾਤਾਰ ਕਈ ਵਾਰੀ ਉਹਨਾਂ ਦੀ ਗੱਡੀ ਦੇ ਵਿਜ਼ਿਟ ਕੀਤਾ ਸੇਮ ਗੈਸ ਪੰਪ ਦੇ ਉੱਤੇ ਜਿੱਥੋਂ ਹਰ ਵਾਰੀ ਗੈਸ ਚੋਰੀ ਕਰਦੇ ਸੀਗੇ ਜਦੋਂ ਪੈਟਰੋਲ ਪੰਪ ਵਾਲਿਆਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਕਾਰ ਦਾ ਪਿੱਛਾ ਕਰਨਾ ਚਾਹਿਆ ਪਰ ਹੱਥ ਨਹੀਂ ਆਏ ਚੋਰ ਫਿਲਹਾਲ ਪੁਲਿਸ ਇਸ ਦੀ ਤਲਾਸ਼ ਜਰੂਰ ਕਰ ਲਈ ਹੈ ਪਰ ਅਜੇਹੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਜੇਹੇ ਚੋਰੀ ਕਰਨ ਵਾਲਿਆਂ ਤੋਂ ਸਾਰੇ ਬਚ ਕੇ ਰਹੋ ਦੇਖਦੇ ਹਾਂ ਕਿ ਮਾਮਲਾ ਸਾਰਾ ਕਿਵੇਂ ਵਾਪਰਿਆ ਗੈਸ ਦੀਆਂ ਕੀਮਤਾਂ ਵਧਣ ਦੇ ਨਾਲ ਗੈਸ ਦੀ ਚੋਰੀ ਵੀ ਸ਼ੁਰੂ ਹੋ ਜਾਏਗੀ ਇਸ ਗੱਲ ਦਾ ਅੰਦਾਜ਼ਾ ਸ਼ਾਇਦ ਪੰਪ ਮਾਲਕਾਂ ਨੂੰ ਵੀ ਨਹੀਂ ਸੀ ਚੋਰਾਂ ਦੇ ਇਸਕ ਸਮੂਹ ਨੇ ਟੈਕਸਸ ਦੇ ਇੱਕ ਗੈਸ ਸਟੇਸ਼ਨ ਤੋਂ ਕੱਥੀ ਤੌਰ ਤੇ 4500 ਲੀਟਰ ਗੈਸੋਲੀਨ ਯਾਨੀ ਕਿ ਹਜ਼ਾਰ ਗੈਲਨ ਚੋਰੀ ਕਰ ਲਏ ਦੱਖਣ-ਪੱਛਮ ਹਿਊਸਟਨ, ਟੈਕਸਿਸ ਦੇ ਵਿੱਚ ਪਰਿਵਾਰ ਦੀ ਮਲਕੀਅਤ ਵਾਲੀ ਇੱਕ ਫਿਕਵਾ ਐਕਸਪ੍ਰੈਸ ਸ਼ੈਵਰਨ ਦਾ ਦਾਅਵਾ ਹੈ ਕਿ ਮੈਨੇਜਰ ਜੈਰੀ ਥੈਲ ਦੇ ਵੱਲੋਂ ਚੋਰਾਂ ਦਾ ਪਿੱਛਾ ਕਰਨ ਤੋਂ ਪਹਿਲਾਂ ਇਸਨੂੰ ਤਿੰਨ ਵੱਖ-ਵੱਖ ਮੌਕਿਆਂ ਦੇ ਉੱਤੇ ਪਛਾਣਿਆ ਗਿਆ। ਜਿਸ ਤਰੀਕੇ ਨਾਲ ਇਹਨਾਂ ਚੋਰਾਂ ਨੇ ਇਹ ਕੀਤਾ ਇਹ ਬਹੁਤ ਹੀ ਡਰਾਵਣਾ ਸੀ। ਬਹੁਤ ਸਾਰੇ ਵੱਖ-ਵੱਖ ਗਾਹਕਾਂ ਦੇ ਸਾਹਮਣੇ ਇਹ ਸਭ ਕੁਝ ਚੱਲ ਰਿਹਾ ਸੀ। ਗੈਸ ਸਟੇਸ਼ਨ ਦੇ ਬਾਹਰੋਂ ਮਿਲੀ ਵੀਡੀਓ ਦੇ ਵਿੱਚ ਦੇਖਿਆ ਗਿਆ ਕਿ ਥੈਲ ਨੇ ਲਗਾਤਾਰ ਤਿੰਨ ਦਿਨ ਜਾਇਦਾਦ ਤੇ ਇੱਕ ਸ਼ੱਕੀ ਵੈਨ ਨੂੰ ਪਛਾਣਿਆ, ਯਾਨੀ ਉਸੇ ਥਾਂ ਦੇ ਉੱਤੇ ਉਹ ਸ਼ੱਕੀ ਵੈਨ بار-ਬਾਰ ਆ ਰ ਫੁਟੇਜ ਵਿੱਚ ਵੈਨ ਨੂੰ ਉਸਨੇ ਨਾਲ ਦੇਖਿਆ ਜਾ ਸਕਦਾ ਹੈ ਤੇ ਥੈਲ ਦਾ ਕਹਿਣਾ ਹੈ ਕਿ ਪੰਪਾਂ ਤੇ ਇੱਕ ਲੁੱਕ ਆਊਟ ਵਾਹਨ ਵੀ ਹੈ ਸ਼ੱਕੀ ਵਾਹਨ ਨੂੰ ਰਿਕਾਰਡ ਕੀਤਾ ਗਿਆ ਕਿਉਂਕਿ ਇਹ ਗੈਸ ਸਟੇਸ਼ਨ ਦੇ ਫਿਊਲ ਕੈਪਸੂਲ ਤੇ ਚੱਲਦਾ ਜਿੱਥੇ ਫਿਊਲ ਨੂੰ ਅੰਡਰਗਰਾਉਂਡ ਸਟੋਰ ਕੀਤਾ ਜਾਂਦਾ ਤੇ ਸੈਂਕਸ਼ਨ ਯੰਤਰ ਦੀ ਵਰਤੋਂ ਕਰਦੇ ਹੋਏ ਚੋਰ ਗੈਸ ਨੂੰ ਕੱਢਣ ਦੇ ਯੋਗ ਸਨ ਉਹਨਾਂ ਦੇ ਵਾਹਨਾਂ ਦੇ ਵਿੱਚ ਇੱਕ ਜਾਲ ਸੀ ਤੇ ਉਹ ਉੱਥੇ ਇੱਕ ਪਾਈਪ ਪਾ ਦਿੰਦੇ ਸਨ ਤੇ ਪੰਪ ਨਾਲ ਇਸ ਨੂੰ ਬਾਹਰ ਕੱਢ ਲੈਂਦੇ ਸੀ ਹਰ ਵਿਜ਼ਿਟ ਦੌਰਾਨ ਥੈਲ ਨੇ ਕਿਹਾ ਕਿ ਚੋਰ 15 ਤੋਂ 20 ਮਿੰਟਾਂ ਲਈ ਗੈਸ ਸਟੇਸ਼ਨ ਤੇ ਹਾਈ ਟ੍ਰੈਫਿਕ ਸਮੇਂ ਮੌਜੂਦ ਰਹਿੰਦੇ ਸਨ ਮੈਨੇਜਰ ਨੇ ਦੋਸ਼ ਲਗਾਇਆ ਹੈ ਕਿ ਚੋਰਾਂ ਨੇ ਹਰ ਅ ਵਿਜ਼ਿਟ ਦੇ ਦੌਰਾਨ ਲਗਭਗ 1600 ਲੀਟਰ 350 ਗੈਲਨ ਚੋਰੀ ਕਰ ਲਏ ਸ਼ੁੱਕਰਵਾਰ ਨੂੰ ਚੋਰ ਜਿਹੜੀ ਚੌਥੀ ਵਾਰ ਗੈਸ ਸਟੇਸ਼ਨ ਤੇ ਗਏ ਪਰ ਦਫਤਰ ਦੇ ਵਿੱਚ ਮੌਜੂਦ ਥੈਲ ਨੇ ਗੱਡੀ ਦਾ ਪਿੱਛਾ ਕਰਕੇ ਪ੍ਰਾਪਰਟੀ ਤੋਂ ਉਸਨੂੰ ਬਾਹਰ ਕੱਢ ਦਿੱਤਾ ਉਹਨਾਂ ਕਿਹਾ ਕਿ ਲੁੱਟਾ ਖੋਹਾਂ ਦੇ ਕਾਰੋਬਾਰ ਨੂੰ ਗਵਾਚੇ ਹੋਏ ਮਾਲੀਏ ਦੇ ਵਿੱਚ ਲਗਭਗ ਯੂ ਐਸ ਡਾਲਰ 5000 ਯਾਨੀ ਕੈਨੇਡੀਅਨ ਡਾਲਰ 6390 ਖਰਚ ਕੀਤੇ ਇੱਕ ਕਿਸਮ ਦੀ ਨੌਕਰੀ ਦੇ ਵਿੱਚ ਇਹ ਪੈਸਾ ਗਿਨਿਆ ਜਾਂਦਾ ਹੈ। ਥੈਲ ਨੇ ਕਿਹਾ ਹੈ ਕਿ ਅਸੀਂ ਇੱਕ ਵੀ ਹੋਰ ਗੈਲਨ ਗੁਆਣਾ برداشت ਨਹੀਂ ਕਰਾਂਗੇ। ਹਿਓਸਟਨ ਅਧਿਕਾਰੀ ਇਸ ਸਮੇਂ ਫਿਊਲ ਚੋਰੀ ਨਾਲ ਜੁੜੇ ਵਾਰਾਂ ਦੀ ਪਾਲ ਕਰ ਰਹੇ ਨੇ। ਕੈਨੇਡਾ ਵਿੱਚ ਗੈਸ ਦੀਆਂ ਕੀਮਤਾਂ ਹਰ ਸਮੇਂ ਤੇ ਉੱਚੇ ਪੱਧਰ ਤੇ ਪਹੁੰਚੀਆਂ ਰਹਿੰਦੀਆਂ ਨੇ। ਗੈਸ ਬਰੀ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਤੇ ਨਿਊ ਫਾਉਂਡਲੈਂਡ ਦੇ ਵਿੱਚ ਕੀਮਤਾਂ 2 ਡਾਲਰ ਦੇ ਅੰਕ ਦੇ ਨੇੜੇ ਨੇ। ਦੂਜੇ ਪ੍ਰਾਂਤ ਜਿਵੇਂ ਕਿ অন্ਟੈਰੀਓ ਤੇ ਕਿਊਬਿਕ ਵੇਸ ਦੇ ਆਲੇ ਦੁਆਲੇ ਨੇ। ਅੱਜ ਕੈਨੇਡੀਅਨ ਆਟੋਮੋਬਾਈਲ ਐਸੋਸੀਏਸ਼ਨ ਯਾਨੀ CAANE ਰਾਸ਼ਟਰੀ ਉਸ 1.70 ਡਾਲਰ 1.70 ਪ੍ਰਤੀ ਲੀਟਰ ਦੱਸੀ ਹੈ ਜਿਸ ਦਾ ਸੂਚਨ ਚੈਨਲ ਪੰਜਾਬੀ ਦੀ ਰਿਪੋਰਟ ਜਿੱਤੇ ਫਿਲਹਾਲ ਰੁਪਿਆ ਤੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਜਲਦ ਹਾਜ਼ਰ ਹੋਣਿਆ ਕੁਝ ਖਾਸ ਖਬਰਾਂ ਦੇ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ